ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ 골ਡੀ ਬਰਾੜ ਦੀ ਕਿਵੇਂ ਹੋਈ ਗ੍ਰਿਫਤਾਰੀ ਵੱਡਾ ਖੁਲਾਸਾ ਪੰਜਾਬ ਕਾਂਗਰਸ ਤੇ ਸੂਬਾ ਪ੍ਰਦਾਨ ਰਾਜਾ ਵੜਿੰਗ ਤੇ ਲੱਗੇ ਗੰਭੀਰ ਦੋਸ਼ ਸੇਵ ਚੋਰੀ ਮਾਮਲੇ ਦੀ ਇੰਜ ਕੀਤੀ ਜਾਵੇਗੀ ਪਰਪਾਈ ਸਿਆਸੀ ਆਗੂਆਂ ਤੇ ਅਫਸਰਾਂ ਨੇ ਵਿਜੀਲੈਂਸ ਤੇ ਡਰੋਂ ਮਾਰਨੀਆਂ ਵਿਦੇਸ਼ ਉਡਾਰੀਆਂ ਕੀਤੀਆਂ ਸ਼ੁਰੂ ਪੰਜਾਬ ਦੇ ਮੰਤਰੀਆਂ ਨੂੰ ਖੁਦ ਕਰਨੀ ਪਵੇਗੀ ਆਪਣੀ ਜੇਬ ਢਿੱਲੀ ਅਤੇ ਦੋ ਸਕੀਆਂ ਭੈਣਾ ਨੇ ਇੱਕੋ ਹੀ ਲੜਕੇ ਨਾਲ ਕਰਵਾਇਆ ਵਿਆਹ ਦੋਸਤੋ ਇਹ ਤੇ ਕੁਝ ਹੋਰ ਜਾਣਕਾਰੀਆਂ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰਤ ਗੱਲਬਾਤ ਹੋਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਤੇ ਆਓ ਹੁਣ ਗੱਲ ਕਰਦੇ ਹਾਂ ਗੋਲਡੀ ਬਰਾੜ ਦੀ ਗ੍ਰਿਫਤਾਰੀ ਦੇ ਨਾਲ ਸੰਬੰਧਿਤ ਗੋਲਡੀ ਬਰਾੜ ਨੂੰ ਅਸਲ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਕਤਲकांड ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ ਉਦਾ ਕਾਰਨ ਹੈ ਕਿ ਮੂਸੇਵਾਲ ਦੇ ਕਤਲ ਤੋਂ ਬਾਅਦ ਕੁਝ ਜਿਹੜੇ ਗ੍ਰਿਫਤਾਰ ਕੀਤੇ ਗਏ ਵਿਅਕਤੀ ਸਨ ਉਹਨਾਂ ਨੇ ਵੀ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਸੀ ਫਿਰ ਗੋਲਡੀ ਬਰਾੜ ਨੇ ਮੂਸੇਵਾਲ ਦੇ ਕਤਲ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾ ਕੇ ਜ਼ਿੰਮੇਵਾਰੀ ਵੀ ਕਬੂਲੀ ਸੀ ਫਿਰ ਕੁਝ ਇੱਕ ਮੁਲਾਕਾਤਾਂ ਦੇ ਵਿੱਚ ਵੀ ਦੱਸਿਆ ਸੀ ਉਹਨੇ ਕਿ ਮੂਸੇਵਾਲ ਦਾ ਕਤਲ ਕਿਉਂ ਕਰਵਾਇਆ ਇਹ ਸਾਰੀਆਂ ਗੱਲਾਂ ਇਸ ਕੇਸ ਨਾਲ ਸਬੰਧਤ ਨੇ ਆ ਕੁਝ ਦਿਨ ਤੋਂ ਲਗਾਤਾਰ ਖਬਰਾਂ ਮਿਲ ਰਹੀਆਂ ਨੇ ਕਿ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਦੇ ਫ੍ਰਿਜ਼ਨੋ ਦੇ ਵਿੱਚ ਸਪੈਸ਼ਲ ਟਾਸਕ ਫੋਰਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਸੀ ਹੁਣ ਜਾਣਕਾਰੀ ਦੇ ਅਨੁਸਾਰ ਗੋਲਡੀ ਬਰਾਡ ਨੂੰ ਕੈਲੀਫੋਰਨੀਆ ਪੁਲਿਸ ਵਿਭਾਗ ਦੇ ਵਿੱਚ ਉੱਚ ਸੁਰੱਖਿਆ ਵਾਲੀ ਇਮਾਰਤ ਦੇ ਵਿੱਚ ਰੱਖਿਆ ਹੋਇਆ ਹੈ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਟਾਸਕ ਫੋਰਸ ਦਾ ਹਿੱਸਾ ਰਹੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਹ ਗੱਲ ਦਾ ਖੁਲਾਸਾ ਕਰ ਦਿੱਤਾ ਉਹਨੇ ਇਹ ਦੱਸਿਆ ਕਿ ਸਾਰਾ ਮਾਮਲਾ ਗੋਲਡੀ ਬਰਾੜ ਦੇ ਖਿਲਾਫ ਇੰਟਰਪੋਲ ਦੇ ਰੈੱਡ ਕਾਰਨਰ ਨੋਟਿਸ ਜਾਰੀ ਹੋਣ ਤੋਂ ਬਾਅਦ ਹੀ ਸ਼ੁਰੂ ਹੋਇਆ ਸੀ ਉਹਨਾਂ ਇਹ ਵੀ ਦੱਸਿਆ ਕਿ ਕੁਝ ਹਫ਼ਤੇ ਪਹਿਲਾਂ ਉਹਨਾਂ ਨੇ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਇਸ ਨਾਂ ਦੇ ਇੱਕ ਵਿਅਕਤੀ ਨੂੰ ਜਿਹੜਾ ਕਿ ਭਾਰਤ ਵਿੱਚ ਲੋੜੀਂਦਾ ਸੀ ਪੰਜਾਬ ਦੇ ਵਿੱਚ ਲੋੜੀਂਦਾ ਸੀ ਇਸ ਗੈਂਗਸਟਰ ਦੇ ਬਾਬਤ ਭਾਰਤ ਦੀ ਜਿਹੜੀ ਏਜੰਸੀ ਹੈ ਰਾ ਰਾ ਨੇ ਉਹਨਾਂ ਨੂੰ ਸੂਚਨਾ ਦਿੱਤੀ ਸੀ ਇਹਦੇ ਬਤਾਲਕ ਤੇ ਸਾਨੂੰ ਸੂਚਿਤ ਕੀਤਾ ਗਿਆ ਸੀ ਕਿ ਪਹਿਲਾਂ ਉਹ ਕੈਨੇਡਾ ਵਿੱਚ ਰਹਿੰਦਾ ਸੀ ਅਤੇ ਬਾਅਦ ਦੇ ਵਿੱਚ ਉਹ ਸਰਹੱਦ ਟੱਪ ਕੇ ਅਮਰੀਕਾ ਵਿੱਚ ਦਾਖਲ ਹੋ ਚੁੱਕਿਆ ਸੀ ਤੇ ਇਸ ਅਫਸਰ ਦੇ ਦੱਸਣ ਦੇ ਅਨੁਸਾਰ ਇਹਦੇ ਤੋਂ ਬਾਅਦ ਅਮਰੀਕੀ ਪ੍ਰਸ਼ਾਸਨ ਨੇ ਉਹਦੀ ਗ੍ਰਿਫਤਾਰੀ ਦੇ ਵਾਸਤੇ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਇਹਦੇ ਵਿੱਚ ਪੁਲਿਸ ਤੋਂ ਇਲਾਵਾ ਕਈ ਖੂਫੀਆ ਅਫਸਰ ਵੀ ਸ਼ਾਮਲ ਦੱਸੇ ਜਾ ਰਹੇ ਨੇ ਤੇ ਉਹਨਾਂ ਦੇ ਅਨੁਸਾਰ ਇਸ ਆਪਰੇਸ਼ਨ ਨੂੰ ਪੂਰਾ ਕਰਨ ਦੇ ਵਿੱਚ ਸਾਨੂੰ 2 ਹਫ਼ਤੇ ਤੋਂ ਵੱਧ ਦਾ ਸਮਾਂ ਵੀ ਲੱਗਿਆ ਤੇ ਉਹਨਾਂ ਇਹ ਵੀ ਦੱਸਿਆ ਕਿ ਅਸੀਂ ਗੋਲਡੀ ਬਰਾੜ ਦੀਆਂ ਕੁਝ ਤਸਵੀਰਾਂ ਵੀ ਪ੍ਰਸਾਰਤ ਕੀਤੀਆਂ ਅਤੇ ਕੁਝ ਨੰਬਰ ਵੀ ਅਸੀਂ ਟਰੇਸ ਕੀਤੇ ਤੇ ਇਹਦੇ ਨਾਲ ਉਹ ਕਹਿੰਦੇ 20 ਨਵੰਬਰ ਨੂੰ ਉਹਦੀ ਲੋਕੇਸ਼ਨ ਦਾ ਪਤਾ ਲੱਗਿਆ ਸੀ ਤੇ ਆਖਰਕਾਰ ਫਿਰ ਗੋਲਡੀ ਬਰਾੜ ਨੂੰ ਫਿਰਜ਼ਨੋ ਦੇ ਵਿੱਚ ਦਬੋਚ ਲਿਆ ਗਿਆ ਮੈਂ ਦੱਸ ਦਿਆਂ ਕਿ ਫਿਰਜ਼ਨੋ ਦੇ ਵਿੱਚ ਪੰਜਾਬੀ ਭਾਈਚਾਰਾ ਵੀ ਵੱਡੀ ਗਣਤੀ ਵਿੱਚ ਰਹਿੰਦਾ ਹੈ ਜਾਣਕਾਰੀ ਦੇ ਅਨੁਸਾਰ ਇੱਕ ਟਰੇਸ ਸਿਸਟਮ ਦੇ ਰਾਹੀਂ ਪਤਾ ਕੀਤਾ ਗਿਆ ਜਿੱਥੋਂ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ ਗੋਲਡੀਬਰਾਡ ਸੈਕਰਾਮੈਂਟੋ ਸੈਕਰਾਮੈਂਟੋ ਦੇ ਬਹੁਤੀ ਦੂਰ ਨਹੀਂ ਫਰਿਜਨੋ ਅਤੇ ਨਾਲ ਸਾਲਟ ਲੇਕ ਇਨ੍ਹਾਂ ਸ਼ਹਿਰਾਂ ਦੇ ਵਿੱਚ ਉਹਨੇ ਕਈ ਟਿਕਾਣੇ ਤੇ ਟਿਕਾਣੇ ਉਹ ਬਦਲਦਾ ਰਹਿੰਦਾ ਸੀ ਤੇ ਉਹਦੇ ਨਾਲ ਉਹ ਕਹਿੰਦੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ ਕਿਉਂਕਿ ਉਹ ਲੋੜੀ ਦਾ ਅਪਰਾਧੀ ਹੈ ਤੇ ਇਸ ਕਰਕੇ ਉਹਨੂੰ ਸਖਤ ਸੁਰੱਖਿਆ ਪਹਿਰੇ ਦੇ ਹੇਠ ਰੱਖਿਆ ਹੋਇਆ ਹੈ ਜਾਣਕਾਰੀ ਦੇ ਅਨੁਸਾਰ ਅਮਰੀਕਾ ਦੀ ਖੁਫੀਆ ਏਜੰਸੀ FBI ਨੇ ਵੀ ਹੁਣ ਭਾਰਤ ਦੇ ਗ੍ਰਹਿ ਮੰਤਰਾਲੇ ਦੇ ਰਾਹੀਂ ਪੰਜਾਬ ਪੁਲਿਸ ਦੇ ਨਾਲ ਸੰਪਰਕ ਕਰ ਲਿਆ ਤੇ ਨਵਾਂ ਡੋਸੀਅਰ ਮੰਗਿਆ। ਉਹਦੇ ਵਿੱਚ ਇਹ ਆ ਕਿ ਹੁਣ ਤੱਕ ਦੇ ਜਿੰਨੇ ਵੀ ਗੋਲਡੀ ਬਰਾੜ ਨਾਲ ਸਬੰਧਤ ਕੇਸ ਨੇ ਉਹਦੇ ਸਾਨੂੰ ਅਪਡੇਟ ਦਿੱਤੀ ਜਾਵੇ। ਤੇ FBI ਦੇ ਵੱਲੋਂ ਗੋਲਡੀ ਬਰਾੜ ਦੇ ਬਾਰੇ ਜਾਣਕਾਰੀ ਅਤੇ ਉਹਦੇ ਉੱਤੇ ਦਰਜ ਸਾਰੇ ਦੇ ਸਾਰੇ ਮਾਮਲਿਆਂ ਦੇ ਵੇਰਵੇ ਮੰਗ ਲਏ ਗਏ ਨੇ। ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਰਤ ਦੀਆਂ ਖੁਫੀਆ ਏਜੰਸੀਆਂ ਨੂੰ ਕੁਝ ਦਿਨ ਪਹਿਲਾਂ ਹੀ ਗੋਲਦੀ ਬਰਾੜ ਦੇ ਰਿਟੇਨ ਕੀਤੇ ਜਾਣ ਦੀ ਸੂਚਨਾ ਮਿਲ ਗਈ ਸੀ ਸੂਚਨਾ ਭਾਵੇਂ ਉਹਨਾਂ ਨੇ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਗੱਲ ਬਾਹਰ ਨਿਕਲ ਆਈ ਸੀ ਸੂਚਨਾ ਇਹ ਹੈ ਕਿ ਅਮਰੀਕਾ ਦੀ ਖੁਫੀਆ ਏਜੰਸੀ FBI ਉਹਦੇ ਉੱਤੇ 20 ਨਵੰਬਰ ਤੋਂ ਦਰਅਸਲ ਨਜ਼ਰ ਰੱਖ ਰਹੀ ਸੀ ਜਿਸ ਤੋਂ ਬਾਅਦ ਉਸ ਨੂੰ ਡਿਟੇਨ ਕੀਤਾ ਗਿਆ ਦਰਅਸਲ ਭਾਰਤ ਸਰਕਾਰ ਦਾ ਲਗਾਤਾਰ ਦਬਾਅ ਬਣਿਆ ਹੋਇਆ ਸੀ ਉਸੇ ਦਬਾਅ ਤੋਂ ਬਾਅਦ গোল্ডি ব্রাড ਆਖਰਕਾਰ ਕੈਨੇਡਾ ਛੱਡ ਕੇ ਅਮਰੀਕਾ ਭੱਜਦਾ ਪਰ ਕਹਿੰਦਿਆ ਕਿ ਬੱਕਰੀ ਦੀ ਮਾਂ ਕਦ ਤੱਕ ਖੈਰ ਮਨਾਏਗੀ ਅਮਰੀਕਾ ਦੇ ਵਿੱਚ ਦਾਰਾ ਸਾਲ ਉਹ ਸਿਆਸੀ ਸਰਨਾ ਪੋਲੀਟੀਕਲ ਐਸਾਈਲਮ ਲੈਣ ਦੇ ਵਾਸਤੇ ਪਹੁੰਚਿਆ ਸੀ ਪਰ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਰੈੱਡ ਕਾਰਨ ਨੋਟਿਸ ਦੇ ਕਾਰਨ ਉਹਨੂੰ ਉੱਥੇ ਦਬੋਚ ਲਿਆ ਗਿਆ ਹੁਣ গোল্ডি ব্রাਡ ਨੂੰ ਗ੍ਰਿਫਤਾਰ ਕੀਤੇ ਜਾਣ ਹਿਰਾਸਤ ਵਿੱਚ ਲਏ ਜਾਣ ਡੀਟੇਨ ਕੀਤੇ ਜਾਣ ਦੀਆਂ ਖਬਰਾਂ ਬੀਤੇ ਕਈ ਦਿਨ ਤੋਂ ਲਗਾਤਾਰ ਆ ਰਹੀਆਂ ਨੇ ਪਰ ਹਾਲੇ ਵੀ ਇਸ ਖਬਰ ਦਾ ਬਹੁਤ ਸਾਰੇ ਲੋਕ ਕੱਚ ਸੱਚ ਮੰਨ ਰਹੇ ਨੇ ਪਰ ਕੁਝ ਕੇਸ ਦੇ ਉੱਤੇ ਤਸੱਲੀ ਦਾ ਪ੍ਰਗਟਾਵਾ ਵੀ ਕਰ ਰਹੇ ਨੇ ਜਿਵੇਂ ਕਿ ਖਾਸ ਕਰਕੇ ਸਿੱਧੂ ਮੂਸੇਵਾਲ ਦਾ ਪਰਿਵਾਰ ਉਹਨਾਂ ਦੇ ਪਿਤਾ ਜੀ ਪਰ ਹੁਣ ਸਾਰਿਆਂ ਦੀਆਂ ਅਸਾਂ ਇਸ ਗੱਲ ਤੇ ਨਹੀਂ ਕਿ ਕਿੰਨੀ ਛੇਤੀ ਆਵੇਗਾ ਮੈਂ ਪ੍ਰੋਗਰਾਮ ਪੰਜਾਬ ਬੋਲ ਦਾ ਵਿੱਚ ਵੀ ਜ਼ਿਕਰ ਕੀਤਾ ਸੀ ਕਿ 골ਡੀ ਬ੍ਰਾਡ ਨੂੰ ਪੰਜਾਬ ਲਿਆਉਣਾ ਇੰਨੀ ਛੇਤੀ ਲਿਆਉਣਾ ਆਸਾਨ ਨਹੀਂ ਪਹਿਲੀ ਗੱਲ ਤਾਂ ਇਹ ਕਿ ਭਾਰਤ ਤੋਂ ਸਿੱਧਾ ਉਹ ਅਮਰੀਕਾ ਨਹੀਂ ਪਹੁੰਚਿਆ ਉਹ ਭਾਰਤ ਤੋਂ ਪਹਿਲਾਂ ਕੈਨੇਡਾ ਪੜ੍ਹਨ ਵਾਸਤੇ ਆਇਆ ਸੀ ਇੱਥੋਂ ਫਿਰ ਉਹ ਅਮਰੀਕਾ ਜਾਂਦਾ ਹੈ ਦੂਸਰੀ ਗੱਲ ਇਹ ਕਿ ਪੁਲਿਸ ਨੇ ਰੈੱਡ ਕਾਰਨਰ ਨੋਟਿਸ ਤੋਂ ਬਾਅਦ ਉਹਨੂੰ ਫੜਿਆ ਤੇ ਹਾਲੇ ਅਗਲੀ ਗੱਲ ਇਹ ਵੀ ਹੈ ਕਿ ਉਹਨੇ ਫੇਸਬੁੱਕ ਦੇ ਉੱਤੇ ਜ਼ਿੰਮੇਵਾਰੀ ਲਈ ਉਹਨੂੰ ਮਾਸਟਰਮਾਈਂਡ ਮੰਨਿਆ ਜਾਂਦਾ ਹੈ ਹਾਲੇ ਉਹ ਦੋਸ਼ੀ ਮੰਨਿਆ ਜਾ ਰਿਹਾ ਹੈ ਕਿਉਂਕਿ ਦੋਸ਼ੀ ਸਾਬਤ ਨਹੀਂ ਹੋਇਆ ਉਹ ਮੁਲਜ਼ਮ ਮੰਨਿਆ ਜਾ ਰਿਹਾ ਹੈ ਦੋਸ਼ੀ ਕਰਾਰ ਦਿੱਤਾ ਨਹੀਂ ਗਿਆ ਇਹੀ ਕਾਰਨ ਹੈ ਕਿ ਉਹਨੂੰ ਹਿਰਾਸਤ ਵਿੱਚ ਲਿਆ ਗਿਆ ਪਰ ਅਗਲੀ ਗੱਲ ਇਹ ਵੀ ਹੈ ਕਿ ਅਮਰੀਕੀ ਪੁਲਿਸ ਨੇ ਕੈਨੇਡਾ ਪੁਲਿਸ ਤੋਂ ਵੀ ਜਾਣਕਾਰੀ ਮਿਲ ਰਹੀ ਹੈ ਕਿ ਜੇਕਰ ਉਹਨੇ ਕੋਈ ਕੈਨੇਡਾ ਵਿੱਚ ਰਹਿੰਦਿਆਂ ਅਪਰਾਧ ਕੀਤਾ ਹੈ ਤੇ ਉਹਦੀਆਂ ਅਪਰਾਧਕ ਗਤੀਵਿਧੀਆਂ ਦੀ ਜਾਣਕਾਰੀ ਕੈਨੇਡਾ ਸਰਕਾਰ ਤੋਂ ਵੀ ਮੰਗ ਲਈ ਹੈ ਜਾਣਕਾਰੀ ਦੇ ਅਨੁਸਾਰ ਬਰਾਡ ਦੇ ਇਸ ਸੁਰਖੀਆਂ 'ਚ ਜਿਹੜੀ ਖਬਰ ਆਈ ਹੈ ਕਿ ਉਹਨੂੰ ਡਿਟੇਨ ਕਰ ਲਿਆ ਗਿਆ ਭਾਰਤ ਸਰਕਾਰ ਨੂੰ ਅਧਿਕਾਰਤ ਸੂਚਨਾ ਵੀ ਭੇਜ ਦਿੱਤੀ ਗਈ ਹੈ ਇਹਦੇ ਤੋਂ ਇਲਾਵਾ গোলডি ব্রাড ਕੁਝਕ ਉਹ ਲੋਕ ਨੇ ਜਿਹੜੇ ਗਰਮਖਿਆਲੀ ਵੀ ਨੇ ਉਹਨਾਂ ਦੇ ਟੱਚ ਵਿੱਚ ਸੀ ਤੇ ਉੱਥੇ ਸਿਆਸੀ ਸ਼ਰਨ ਦੀ ਮੰਗ ਕਰਦਾ ਸੀ ਤੇ ਇਹ ਹਾਲੇ ਵੀ ਉਹ ਪੋਲੀਟੀਕਲ ਅਸਾਈਲਮ ਦੀ ਮੰਗ ਕਰ ਸਕਦਾ ਪਰ ਜੇ ਅਮਰੀਕਾ ਦੇ ਵਿੱਚ ਉਹਦੀ ਅਰਜੀ ਸਵੀਕਾਰ ਹੋ ਜਾਂਦੀ ਹੈ ਫਿਰ ਤਾਂ ਸਮਝੋ ਕਿ ਉਹਨੂੰ ਭਾਰਤ ਲੈ ਕੇ ਜਾਣਾ ਮੁਸ਼ਕਲ ਹੋ ਜਾਏਗਾ ਪਰ ਸਮੱਸਿਆ ਇਹ ਹੈ ਕਿ ਜਦੋਂ ਇੱਕ ਵਾਰ ਕੋਈ ਵਕੀਲ ਸ਼ਰਨ ਦੀ ਅਰਜੀ ਦੇ ਦਿੰਦਾ ਹੈ ਉਹ ਪਾਵੇਂ ਮਨਜ਼ੂਰ ਅਰਜ਼ੀ ਹੋਵੇ ਜਾਂ ਨਾ ਹੋਵੇ ਪਰ ਜਿੰਨੀ ਦੇਰ ਤੱਕ ਅਮਰੀਕਾ ਦਾ ਸਬੰਧਤ ਵਿਭਾਗ ਉਹਦੀ ਅਰਜ਼ੀ ਤੇ ਉੱਤੇ ਸੁਣਵਾਈ ਨਹੀਂ ਕਰਦਾ ਉਹਦੇ ਉੱਤੇ ਫੈਸਲਾ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਉਸ ਵਿਅਕਤੀ ਨੂੰ ਕਿਸੇ ਦੂਸਰੇ ਮੁਲਕ ਦੇ ਹਵਾਲੇ ਨਹੀਂ ਕੀਤਾ ਜਾਂਦਾ ਉਸੇ ਮੁਲਕ ਵਿੱਚ ਉਸ ਨੂੰ ਰਹਿਣ ਦਾ ਅਧਿਕਾਰ ਮਿਲ ਜਾਂਦਾ ਪਰ ਐਡਾ ਸੁਖਾਲਾ ਵੀ ਨਹੀਂ ਹੋਏਗਾ ਆ ਰੈੱਡ ਕਾਰਨਰ ਨੋਟਿਸ ਤੇ ਜਾਰੀ ਹੋਣ ਤੋਂ ਬਾਅਦ ਕਿ 골ਡੀ ਬਰਾਡ ਨੂੰ ਪੋਲੀਟੀਕਲ ਅਸਾਈਲਮ ਅਮਰੀਕਾ ਵਿੱਚ ਮਿਲ ਜਾਵੇ ਪਰ ਇਹ ਦੇਖਣਾ ਹੋਏਗਾ ਕਿ ਉਹਦਾ ਵਕੀਲ ਜਾਂ ਗੋਲਡੀ ਬਰਾੜ ਕਿਹੜੇ ਤੱਥ ਕਿਹੜੇ ਸਬੂਤ ਪੇਸ਼ ਕਰਦੇ ਆ ਅਤੇ ਕਿੰਨੇ ਸਮੇਂ ਦੇ ਵਿੱਚ ਜੇਕਰ ਉਹ ਪੋਲਿਟਿਕਲ ਅਸਾਈਲਮ ਦੀ ਮੰਗ ਕਰਦਾ ਹੈ ਕਿੰਨੀ ਦੇਰ ਦੇ ਵਿੱਚ ਉਹਦੀ ਅਰਜ਼ੀ ਤੇ ਫੈਸਲਾ ਹੋ ਜਾਂਦਾ ਹੈ ਅਤੇ ਉਸ ਫੈਸਲੇ ਤੱਕ ਉਡੀਕ ਕਰਨੀ ਪਵੇਗੀ ਤੇ ਅਗਲੀ ਖਬਰ ਹੈ ਜਿਹੜੀ ਉਹ ਸਿੱਧੂ ਮੂਸੇਵਾਲ ਦੇ ਕੇਸ ਨਾਲ ਵੀ ਸਬੰਧਤ ਹੈ ਤੇ ਪੰਜਾਬ ਕਾਂਗਰਸ ਤੇ ਕਾਟੋ ਕਲੇਸ਼ ਦੇ ਨਾਲ ਵੀ ਸਬੰਧਤ ਹੈ ਤੁਹਾਨੂੰ ਯਾਦ ਹੋਣਾ ਹੈ ਬੀਤੇ ਕੁਝ ਦਿਨ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚੋਂ ਬਾਹਰ ਕੀਤੇ ਗਏ ਸਨ ਕਮਲਜੀਤ ਬਰਾੜ ਹੁਣ ਉਹਨਾਂ ਨੇ ਕਾਂਗਰਸ ਤੇ ਸੂਬਾ ਪ੍ਰਧਾਨ ਰਾਜਾ ਵੜਿੰਗ ਤੇ ਲਗਾਤਾਰ ਗੰਭੀਰ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਆ। ਉਹ ਕਹਿੰਦੇ ਜਦੋਂ ਸਿੱਧੂ ਮੂਸੇਵਾਲ ਦਾ ਕਤਲ ਹੁੰਦਾ ਹੈ, ਕਤਲ ਤੋਂ ਬਾਅਦ ਸਸਕਾਰ ਹੁੰਦਾ ਹੈ, ਸਸਕਾਰ ਤੋਂ ਬਾਅਦ ਉਹ ਸਿੱਧੂ ਮੂਸੇਵਾਲ ਦੇ ਘਰ ਵੀ ਜਿਹੜੇ ਕੁਝ ਨੌਜਵਾਨ ਰਹਿੰਦੇ ਸੀ ਤੇ ਜਿਹੜੇ ਸਿੱਧੂ ਮੂਸੇਵਾਲ ਦੇ ਬਿਲਕੁਲ ਕਰੀਬੀ ਸਨ ਮੈਂ ਉਹਨਾਂ ਦੇ ਨਾਲ ਗੱਲਬਾਤ ਕਰ ਰਿਹਾ ਸੀ ਤੇ ਉਹ ਮੈਨੂੰ ਆਪਣੇ ਘਰ ਲੈ ਗਿਆ। ਉਹ ਕਹਿੰਦੇ ਜਦੋਂ ਅਸੀਂ ਉਹਨਾਂ ਦੇ ਘਰ ਬੈਠ ਕੇ ਗੱਲਬਾਤ ਕਰ ਰਹੇ ਸੀ ਤੇ ਉਹਨਾਂ ਨੇ ਬਹੁਤ ਹੈਰਾਨੀਜਨਕ ਖੁਲਾਸੇ ਕੀਤੇ ਪਰ ਇੱਥੇ ਸਵਾਲ ਪੈਦਾ ਇਹ ਹੁੰਦਾ ਹੈ ਕਿ ਆ 7 ਮਹੀਨਿਆਂ ਦੇ ਵਿੱਚ ਬਰਾੜ ਸਾਹਿਬ ਕਿੱਥੇ ਸੀ ਚੁੱਪੀ ਨਹੀਂ ਤੋੜੀ ਹੁਣ ਪਾਰਟੀ ਦੇ ਵਿੱਚੋਂ ਬਾਹਰ ਕੱਢੇ ਜਾਣ ਤੋਂ ਬਾਅਦ ਤੁਸੀਂ ਚੁੱਪ ਤੋੜ ਦਿੱਤੀ ਹੈ ਪਰ ਦੋਸ਼ ਕੀ ਨੇ ਉਹ ਕਹਿੰਦੇ ਮੈਨੂੰ ਸਿੱਧੂ ਦੇ ਮਿੱਤਰਾਂ ਨੇ ਦੱਸਿਆ ਕਿ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲੇ ਤੋਂ ਪਾਰਟੀ ਦੀ ਟਿਕਟ ਦਿਵਾਉਣ ਦੇ ਵਾਸਤੇ 4 ਕਰੋੜ ਰੁਪਏ ਲਏ ਤੇ ਨਾਲ 6 ਕਰੋੜ ਰੁਪਏ ਉਧਾਰ ਵੀ ਲਏ ਭਾਵ ਕੁੱਲ ਮਿਲਾ ਕੇ ਮੂਸੇਵਾਲੇ ਤੋਂ 10 ਕਰੋੜ ਰੁਪਏ ਲਏ ਸੀ ਉਹਨਾਂ ਇਸ ਗੱਲ ਦਾ ਜ਼ਿਕਰ ਵੀ ਕੀਤਾ ਦੋਸ਼ ਲਾਏ ਨੇ ਕਿ ਰਾਜਾ ਵੜਿੰਗ ਨੇ ਸਰਕਾਰ ਨਾਲ ਸਮਝੌਤਾ ਕੀਤਾ ਜਲਦਬਾਜ਼ੀ ਵਿੱਚ ਮੂਸੇਵਾਲੇ ਦਾ ਸਸਕਾਰ ਕਰਾ ਦਿੱਤਾ ਉਹ ਕਹਿੰਦਾ ਇਹ ਮੈਂ ਨਹੀਂ ਕਹਿ ਰਿਹਾ ਉਹ ਕਹਿੰਦਾ ਸਿੱਧੂ ਦੇ ਕਰੀਬੀ ਤੇ ਮਾਨਸੇ ਦੇ ਇਲਾਕੇ 'ਚ ਜਾ ਕੇ ਪੁੱਛ ਲੋ ਲੋਕ ਗੱਲਾਂ ਕਰਦੇ ਆ। ਉਹ ਕਹਿੰਦਾ ਉਹ ਕਹਿੰਦੇ ਐ ਕਿ ਰਾਜਾ ਵੜਿੰਗ ਨੇ ਸਿੱਧੂ ਨੂੰ ਵਰਗਲਾਇਆ। ਕੁੱਲ 6 ਕਰੋੜ ਵਿੱਚੇ 4 ਕਰੋੜ ਟਿਕਟ ਦਾ ਤੇ 6 ਕਰੋੜ ਆਪਣੇ ਖਰਚੇ ਵਾਸਤੇ ਉਧਾਰ ਲੈ ਲੇ ਭਾਵੇਂ 10 ਕਰੋੜ ਵਰਗਲਾ ਕੇ ਲੈ ਲਏ। ਹੁਣ ਰਾਜਾ ਵੜਿੰਗ ਉਹ ਕਹਿੰਦੇ ਜਿਸ ਤਰ੍ਹਾਂ ਦਾ ਤੁਹਾਨੂੰ ਭੱਦਰਪੁਰਸ਼ ਨਜ਼ਰ ਆਉਂਦਾ ਇਸ ਤਰ੍ਹਾਂ ਦਾ ਦਰਸਾ ਲ ਰਾਜਾ ਵੜਿੰਗ ਹੈ ਨਹੀਂ। ਬਰਾੜ ਨੇ ਇਹ ਵੀ ਆਖਿਆ ਕਿ ਹੁਣ ਤੱਕ ਉਹ ਵੜਿੰਗ ਨੂੰ ਆਪਣਾ ਮਿੱਤਰ ਸਮਝਦਾ ਰਿਹਾ ਅਤੇ ਮੈਂ ਉਹਦੀਆਂ ਕਈ ਗੱਲਾਂ ਸੀ ਚੱਲ ਕੋਈ ਗੱਲ ਨਹੀਂ ਕਹਿ ਕੇ ਚੁੱਪ ਕਰਦਾ ਰਿਹਾ ਪਰ ਕਹਿੰਦੇ ਹੁਣ ਮੇਰੇ ਤੋਂ ਚੁੱਪ ਰਹਿਣਾ ਨਹੀਂ ਜਾਂਦਾ ਹੁਣ ਸੱਚ ਜੋ ਵੀ ਹੈ ਮੈਂ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦਾ ਹਾਂ ਹੁਣ ਕਮਲਜੀਤ ਬਰਾੜ ਨੂੰ ਪਾਰਟੀ 'ਚੋਂ ਬਾਹਰ ਦਾ ਰਸਤਾ ਬੀਤੇ ਦਿਨੀ ਦਿਖਾ ਦਿੱਤਾ ਸੀ ਅਤੇ ਉਹ ਬਾਹਰ ਦਾ ਰਸਤਾ ਦਿਖਾਏ ਜਾਣ ਤੋਂ ਬਾਅਦ ਖੁੱਲ ਕੇ ਰਾਜਾ ਵੜਿੰਗ ਦੇ ਖਿਲਾਫ ਬੋਲ ਰਹੇ ਨੇ ਹਾਲਾਂਕਿ ਦੋਸ਼ ਗੰਭੀਰ ਨੇ ਕੇ ਮੂਸੇ ਵਾਲੇ ਦੇ ਕਤਲ ਤੋਂ ਬਾਅਦ ਸਰਕਾਰ ਨਾਲ ਸਮਝੌਤਾ ਕਰ ਲਿਆ ਜੀ ਸਰਕਾਰ ਛੇਤੀ ਕਰਵਾ ਦਿੱਤਾ 10 ਕਰੋੜ ਰੁਪਈਆ ਵੀ ਮੁਛ ਲਿਆ ਦੋਸ਼ਗਵੀਰ ਹੋਣ ਦੇ ਬਾਵਜੂਦ ਵੀ ਹਾਲੇ ਤੱਕ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਇਸ ਸਮੱਸਿਆ ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਪਰ ਇਸ ਖਬਰ ਤੋਂ ਬਾਅਦ ਇੱਕ ਗੱਲ ਯਕੀਨ ਨਾਲ ਆਖੀ ਜਾ ਸਕਦੀ ਹੈ ਕਿ ਕਾਂਗਰਸ ਪਾਰਟੀ ਦੇ ਅੰਦਰ ਵੀ ਤੇ ਕਾਂਗਰਸ ਪਾਰਟੀ ਦੇ ਬਾਹਰ ਵੀ ਸਾਰਾ ਕੁਝ ਠੀਕ ਨਹੀਂ ਹੈ ਪਰ ਹੁਣ ਇਹ ਜਿਹੜੇ ਗੰਭੀਰ ਦੋਸ਼ ਲਾਏ ਨੇ ਬਰਾੜ ਨੇ ਵੜਿੰਗ ਦੇ ਉੱਤੇ ਹਾਲਾਂਕਿ ਵੜਿੰਗ ਉਹਦੇ ਨਾਲ ਤੜਿੰਗ ਹੋਇਆ ਹੋਇਆ ਹੈ ਇਹਦੇ ਤੋਂ ਬਾਅਦ ਇਹ ਦੇਖਣਾ ਪਊਗਾ ਕਿ ਸਿੱਧੂ ਮੂਸੇਵਾਲ ਦੇ ਪਿਤਾ ਜੀ ਬਲਕੌਰ ਸਿੱਧੂ ਆਪਣੀ ਇਹਦੇ ਉੱਤੇ ਕੀ ਪ੍ਰਤੀਕਿਰਿਆ ਦਿੰਦੇ ਆ ਹਾਲਾਂਕਿ ਇਹ ਮੈਂ ਤੁਹਾਨੂੰ ਦੱਸਿਆ ਕੱਲ ਦੇ ਪ੍ਰੋਗਰਾਮ ਦੇ ਵਿੱਚ ਕਪ ਖਬਰ ਸਾਂਝੀ ਕੀਤੀ ਸੀ ਕਿ ਬਰਾੜ ਨੇ ਵੜਿੰਗ ਨੂੰ ਸਿੱਧੀ ਸਿਆਸੀ ਚੁਣੌਤੀ ਵੀ ਦਿੱਤੀ ਹੈ ਵੀ 10 ਬਈ ਤੂੰ 2024 ਦੀ ਲੋਕ ਸਭਾ ਚੋਣ ਲੜਨੀ ਹੈ ਮੈਨੂੰ ਕਹਿੰਦਾ ਪਤਾ ਲੱਗਿਆ ਤੂੰ ਇੱਛਕ ਆ ਪਰ ਲੜਨੀ ਕਿੱਥੋਂ ਆਪਣੇ ਹਲਕੇ ਦਾ ਨਾਮ ਦੱਸ ਤਾਕੇ ਉਸੇ ਹਲਕੇ ਤੋਂ ਮੈਂ ਆਪਣੀਆਂ ਤਿਆਰੀਆਂ ਸ਼ੁਰੂ ਕਰਦੇ ਆਂ ਤੇ ਮੈਂ ਤੈਨੂੰ ਜ਼ਬਰਦਸਤ ਟੱਕਰ ਦੇਵਾਂ ਹੁਣ ਦੇਖਦੇ ਆਂ ਕਿ ਰਾਜਾ ਵੜਿੰਗ ਇਹ ਦੋ ਵੱਡੇ ਸਵਾਲ ਨੇ ਤੇ ਗੰਭੀਰ ਦੋਸ਼ ਨੇ ਇਹਨਾਂ ਦੇ ਉੱਤੇ ਮਸਲਾ ਕਦੋਂ ਚੁੱਕਣਗੇ ਤੇ ਕਦੋਂ ਪ੍ਰਤੀਕਿਰਿਆ ਦੇਣਗੇ ਤੇ ਹੁਣ ਗੱਲ ਕਰਦੇ ਆਂ ਸੇਵ ਚੋਰੀ ਮਾਮਲੇ ਦੀ ਆ ਬੀਤੇ ਕਈ ਦਿਨ ਤੋਂ ਲਗਾਤਾਰੀ ਲਾਹਣ ਤਾਂ ਪੈ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਐਸੀ ਵੀਡੀਓ ਵਾਇਰਲ ਹੋਈ ਹੈ ਲਗਾਤਾਰ ਥੂ ਥੂ ਲਗਾਤਾਰ ਕੋਆਂਟਲਾਂ ਤਨਾਂ ਦੇ ਰੂਪ ਵਿੱਚ ਲਾਹਣ ਤਾਂ ਉਦੇ ਤੋਂ ਬਾਅਦ ਇਹ ਵੀ ਖਬਰ ਮਿਲੀ ਸੀ ਕਿ ਵਡਾਲੀ ਆਲਾ ਸਿੰਘ ਥਾਣੇ ਦੇ ਵਿੱਚ ਉਹ ਸੇਵ ਚੋਰਾਂ ਦੇ ਖਿਲਾਫ ਮੁਕੱਦਮਾ ਵੀ ਦਰਜ ਕੀਤਾ ਜਾ ਚੁੱਕਾ ਤੇ ਉਹਨਾਂ ਦੀ ਸ਼ਨਾਖਤ ਵੀ ਕੀਤੀ ਜਾ ਰਹੀ ਹੈ ਹਹਾਕਾਰ ਮੱਤੀ ਪਈ ਹੈ ਉਦੇ ਤੋਂ ਬਾਅਦ ਇਸ ਨੁਕਸਾਨ ਦੀ ਭਰ ਪਾਈ ਦੇ ਵਾਸਤੇ ਜਗਰਾਉਂ ਤੋਂ ਟਰੱਕ ਯੂਨੀਅਨ ਦੇ ਪ੍ਰਧਾਨ ਅੱਗੇ ਆ ਗਏ ਆ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਤੇ ਪੰਜਾਬੀਆਂ ਦੀ ਜਿਹੜੀ ਬੇਇੱਜ਼ਤੀ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਜਿਹੜੀ ਥੂ-ਥੂ ਹੋ ਰਹੀ ਹੈ ਜਿਹੜੀਆਂ ਲਾਹਣਤਾਂ ਪੈ ਰਹੀਆਂ ਨੇ ਉਸ ਦਾਗ ਨੂੰ ਮਟਾਉਣ ਦੇ ਵਾਸਤੇ ਅੱਗੇ ਆਉਣ ਦਾ ਹੰਬੜਾ ਮਾਰਿਆ ਤੇ ਨਾਲ ਹੋਕਾ ਵੀ ਦਿੱਤਾ ਹੈ। ਤੁਹਾਨੂੰ ਵੀ ਪਤਾ ਹੈ ਆਪਾਂ ਵੀ ਬੀਤੇ 2 ਦਿਨ ਤੋਂ ਇਸ ਖਬਰ ਦੇ ਮੁਤਲਕ ਤੁਹਾਡੇ ਨਾਲ ਜਾਣਕਾਰੀ ਤੇ ਅਪਡੇਟ ਸਾਂਝੀ ਕਰ ਰਹੇ ਹਾਂ। ਅਮਰitsar ਦੇ ਪਿੰਡ ਕਾਦਰਾਪੁਰਾ ਦਾ ਰਹਿਣ ਵਾਲਾ ਕੁਲਵਿੰਦਰ ਸਿੰਘ ਆਪਣੇ ਟਰੱਕ ਤੇ ਕਸ਼ਮੀਰ ਤੋਂ ਸੇਬ ਲੱਦ ਕੇ ਉੜੀਸਾ ਵੱਲ ਲੈ ਕੇ ਜਾ ਰਿਹਾ ਸੀ। ਕਿ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਰਾਜੇਂਦਰਗੜ੍ਹ ਦੇ ਨੇੜੇ ਉਹਨਾਂ ਦਾ ਸੇਬਾਂ ਨਾਲ ਟਰੱਕ ਜਿਹੜਾ ਭਰਿਆ ਹੋਇਆ ਸੀ ਉਹ ਪਲਟਦਾ ਡ라이ਵਰ ਨੂੰ ਸੱਟਾਂ ਵੀ ਲੱਗਦੀਆਂ ਨੇ ਇਲਾਜ ਵਾਸਤੇ ਉਹਨੂੰ ਹਸਪਤਾਲ ਵੀ ਲੈ ਜਾਣਾ ਪੈਂਦਾ ਪਰ ਜਦੋਂ ਵਾਪਸ ਆਉਂਦਾ ਹੈ ਹਾਦਸਾ ਗ੍ਰਸਤ ਸੇਬਾਂ ਨਾਲ ਭਰਿਆ ਟਰੱਕ ਖਾਲੀ ਨਜ਼ਰ ਆਉਂਦਾ ਉਹਦੇ ਵਿੱਚ 1200 ਤੋਂ 60 ਪੇਟੀਆਂ ਸੇਬਾਂ ਦੀਆਂ ਦਸੀਆਂ ਗਈਆਂ ਸੀ ਲੱਖਾਂ ਰੁਪਏ ਦਾ ਨੁਕਸਾਨ ਸੀ ਡਰਾਈਵਰ ਬੈਠਾ ਸੁਣਦਾ ਕਿ ਮੇਰੀ ਤਾਂ ਕਿਸ ਨੇ ਸਾਰ ਨਹੀਂ ਲਈ ਮੈਨੂੰ ਤਾਂ ਚੁੱਕ ਕੇ ਹਸਪਤਾਲ ਕੋਈ ਨਹੀਂ ਲੈ ਕੇ ਗਿਆ ਲਾਣਤਾ ਉਹ ਕਹਿੰਦਾ ਤੁਹਾਡੇ ਤੇ ਇਹ ਪੰਜਾਬ ਹੈ ਕਿ ਬਿਹਾਰ ਹੈ ਤੁਸੀਂ ਸੇਵ ਚੋਰੀ ਕਰਕੇ ਲੈ ਗਏ ਉਹ ਕਹਿੰਦੇ 1260 ਦੇ ਵਿੱਚੋਂ ਲਗਭਗ 100 ਕਪੇਟੀਆਂ ਸੀ ਟਰੱਕ ਪਲਟਣ ਤੋਂ ਬਾਅਦ ਜਿਹੜੀਆਂ ਬਾਹਰ ਆਈਆਂ ਸੀ ਬਾਕੀ ਦੀਆਂ ਟਰੱਕ ਦੇ ਵਿੱਚੋਂ ਵੜ ਕੇ ਕੱਢ ਕੇ ਲੈ ਗਏ ਬੜਾ ਰੋਇਆ ਸੀ ਲੋਕਾਂ ਨੇ ਲਾਂਹਤਾ ਰੱਜ ਕੇ ਪਾਈਆਂ ਸੀ ਤੇ ਉਸ ਦੀ ਦਾਸਤਾਨ ਸੁਣ ਕੇ ਲੋਕ ਨਿੰਦਿਆ ਵੀ ਕਰ ਰਹੇ ਸੀ ਤੇ ਹੁਣ ਜੱਗ ਹਸਾਈ ਵੀ ਹੋਈ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਤੇ ਉਹਦੇ ਤੋਂ ਬਾਅਦ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਪ੍ਰੀਤਮ ਸਿੰਘ ਅਖਾੜਾ ਉਹਨਾਂ ਨੇ ਵੀ ਫਿਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਵੀਡੀਓ ਤੇ ਸੋਸ਼ਲ ਮੀਡੀਆ ਦੇ ਉੱਤੇ ਹੀ ਅੱਗੇ ਆ ਕੇ ਡਰਾਈਵਰ ਦੀ ਮਦਦ ਦਾ ਐਲਾਨ ਕੀਤਾ। ਉਹਨਾਂ ਦੇ ਇਸ ਸਲੋਹਣਜੋਗ ਉਪਰਾਲੇ ਦਾ ਪਤਾ ਲੱਗ ਗਿਆ। ਜਗਰਾਉਂ ਦੇ ਸਮਾਜ ਸੇਵੀ ਕਪਲ ਨਰੂਲਾ ਵੀ ਉਹਨਾਂ ਦੇ ਨਾਲ ਜੁੜੇ। ਉਹਨਾਂ ਨੇ ਆ ਸੋਮਵਾਰ ਦੁਪਹਿਰ ਦੇ 2 ਵਜੇ ਤੱਕ ਦਾ ਪੀੜਤ ਡਰਾਈਵਰ ਨੂੰ 100 ਪੇਟੀਆਂ ਦਾ ਬਣਦਾ ਹਰਜਾਨਾ ਇਕੱਠਾ ਕਰਨ ਦੇ ਵਾਸਤੇ ਲੋਕਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ ਸੀ ਕਿ ਜਿੰਨੇ ਜੋ ਕੇ ਅਸੀਂ ਆਸੀ ਕਰਾਂਗੇ ਬਾਕੀ ਕਹਿੰਦੇ ਸੀ ਬਾਕੀ ਅਸੀਂ ਸਮਾਜ ਸੇਵੀਆਂ ਨੂੰ ਪੰਜਾਬੀਆਂ ਨੂੰ ਵੀ ਕਹਿੰਦੇ ਆ ਕਿ ਉਹ ਵੀ ਟਰੱਕ ਡਰਾਈਵਰ ਦੀ ਮਦਦ ਕਰਨ ਤਾਂ ਕਿ ਉਹਦੇ ਜ਼ਖਮ ਜਿਹੜੇ ਅੱਲੇ ਨੇ ਉਹਨਾਂ ਤੇ ਮਦਦ ਲੱਗ ਸਕੇ ਪ੍ਰੀਤਮ ਸਿੰਘ ਅਖਾੜਾ ਨੇ ਹਾਦਸਾ ਗ੍ਰਸਤ ਟਰੱਕ ਦੇ ਵਿੱਚੋਂ ਸੇਫਟੀਓਰੀ ਦੇ ਮਾਮਲੇ ਨੂੰ ਪੰਜਾਬ ਦੀ ਦਰਿਆਦਲੀ ਬਹਾਦਰੀ ਵਿਸ਼ੇਸ਼ਤਾ ਅਤੇ ਮਦਦ ਕਰਨ ਵਾਲੇ ਕਿਰਦਾਰ ਦੇ ਉੱਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹਨਾਂ ਇਹ ਵੀ ਆਖਿਆ ਕਿ ਜਦੋਂ ਗਲਤ ਲੋਕਾਂ ਦੇ ਕਾਰਨ ਅੱਜ ਪੂਰੇ ਪੰਜਾਬੀਆਂ ਦੀ ਪੰਜਾਬ ਵਿੱਚੇ ਨਹੀਂ ਦੁਨੀਆ ਭਰ ਦੇ ਵਿੱਚ ਬੇਇੱਜ਼ਤੀ ਹੋ ਰਹੀ ਹੈ ਤੇ ਆਓ ਫਿਰ ਆਪਾਂ ਇਹਨਾਂ ਨੂੰ ਇਕੱਠੇ ਹੋ ਕੇ ਧੋਈਏ ਤੇ ਨਾਲ ਉਹਨਾਂ ਨੇ ਜਿਸ ਥਾਂ ਦੇ ਉੱਤੇ ਇਹ ਘਟਨਾਕਰਨ ਵਾਪਰਿਆ ਸੀ ਉਹਦੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਓ ਯਾਰ ਤੁਸੀਂ ਵੀ ਪੰਜਾਬੀ ਹੋ ਦੋਸ਼ ਵੀ ਪੰਜਾਬੀਆਂ ਤੇ ਲੱਗ ਰਹੇ ਨੇ ਤੇ ਵਾਕਿਆ ਵੀ ਪੰਜਾਬੀਆਂ ਨੇ ਕੀਤਾ ਆਓ ਆਪਾਂ ਰਲ ਮਿਲ ਕੇ ਦੀ ਪਰਪਾਈ ਕਰ ਦਈਏ ਉਹ ਕਹਿੰਦੇ ਪੰਜਾਬੀਆਂ ਨੇ ਇੱਕ ਮੌਕੇ ਤੇ ਨਹੀਂ ਅਨੇਕਾਂ ਮੌਕਿਆਂ ਤੇ ਜਦੋਂ ਵੀ ਕਿਤੇ ਦੁਨੀਆ ਨੂੰ ਭੀੜ ਪਈ ਹੈ ਵੱਡਾ ਦਿਲ ਦਿਖਾਇਆ ਪਰ ਅੱਜ ਤੱਕ ਕਹਿੰਦੇ ਸਾਡੀ ਆਪਣੀ ਆਪਣਿਆਂ ਦੇ ਕਾਰਨ ਥੂ-ਥੂ ਹੋ ਰਹੀ ਹੈ ਆਓ ਆਪਾਂ ਆਪਣੇ ਤੇ ਲੱਗੇ ਇਸ धाਗ ਨੂੰ ਧੋ ਦਈਏ ਵੇਖਦੇ ਹਾਂ ਕਿ ਕਿੰਨੇ ਕੁ ਲੋਕ ਅੱਗੇ ਜਾਂਦੇ ਆ ਪਰ ਖਬਰ ਸੱਚਮੁੱਚ ਨਿੰਦਣਯੋਗ ਸੀ ਅਗਲੀ ਗੱਲ ਕਰਦੇ ਹਾਂ ਸਾਡੇ ਕੁਝ ਸਿਆਸੀ ਆਗੂਆਂ ਤੇ ਆਲਾ ਅਫਸਰਾਂ ਦੀ ਪੰਜਾਬ ਦੇ ਕੁਝ ਆਲਾ ਅਫਸਰ ਵੀ ਕੁਝ ਸਿਆਸੀ ਆਗੂ ਵੀ ਇਹਨਾਂ ਦਿਨਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਬੈਠਿਆ ਉਡਾਰੀਆਂ ਮਾਰ ਚੁੱਕਿਆ ਤੇ ਕੁਝ ਉਡਾਰੀਆਂ ਮਾਰਨ ਦੀ ਤਿਆਰੀ 'ਚ ਨੇ ਹਾਲਾਂਕਿ ਇਹਨਾਂ ਦੇ ਵਿੱਚੋਂ ਕੁਝ ਦੇ ਖਿਲਾਫ ਕੋਈ ਮੁਕੱਤਮਾ ਨਹੀਂ ਕੋਈ ਪਰਚਾ ਨਹੀਂ ਕੋਈ ਜਾਂਚ ਵੀ ਨਹੀਂ ਪਰ ਫਿਰ ਵੀ ਰੱਬ ਜਾਣੇ ਬਈ ਇਹਨਾਂ ਆਗੂਆਂ ਨੂੰ ਇਹਨਾਂ ਆਲਾ ਅਫਸਰਾਂ ਨੂੰ ਡਰ ਕਿਹੜੀ ਚੀਜ਼ ਦਾ ਵੱਡ ਵੱਡ ਕੇ ਖਾ ਰਿਹਾ ਕਿਉਂਕਿ ਅੰਦਰ ਖਾਤੇ ਪਤਾ ਹੋਣਾ ਕਿ ਅੱਜ ਨਹੀਂ ਤਾਂ ਪਲਕੇ-ਪਲਕੇ ਨਹੀਂ ਤੇ ਪਰਸੋਂ ਨੂੰ ਜਾਂਚ ਸਾਡੀ ਖੁੱਲ ਸਕਦੀ ਹੈ ਤੇ ਕਈਆਂ ਨੇ ਤਾਂ ਕਈ ਕਈ ਮਹੀਨਿਆਂ ਬਾਅਦ ਵੀ ਮੁਰੰ ਦਾ ਹਾਲੇ ਤੱਕ ਕੋਈ ਜ਼ਿਕਰ ਕੋਈ ਨਾਮ ਨਹੀਂ ਲਿਆ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਸ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਚੋਣ ਲੜਦੀ ਹੈ ਭਾਬ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਬੀਤੇ ਕੁਝ ਮਹੀਨਿਆਂ ਤੋਂ ਵਿਦੇਸ਼ ਦੀ ਧਰਤੀ ਤੇ ਬੈਠਿਆ ਪਹਿਲਾਂ ਕੈਨੇਡਾ ਵਿੱਚ ਸੀ ਤੇ ਕੈਨੇਡਾ ਤੋਂ ਬਾਅਦ ਇਹ ਅਮਰੀਕਾ ਚਲੇ ਗਏ ਤੇ ਇਹਨਾਂ ਨੇ ਇਹ ਵੀ ਦੱਸਿਆ ਕਿ ਮੈਨੂੰ ਇੱਕ ਅਜੀਬ ਕਿਸਮ ਦੀ ਬਿਮਾਰੀ ਲੱਗ ਗਈ ਹੈ ਉਹਨਾਂ ਨੂੰ ਕਹਿੰਦੇ ਸੀ ਕਿ ਫੋਟੋਫੋਬੀਆ ਹੋ ਗਿਆ ਹੈ ਉਹ ਕਹਿੰਦੇ ਸੀ ਮੈਂ ਅਮਰੀਕਾ ਦੇ ਵਿੱਚ ਰਹਿ ਕੇ ਆਪਣੀ ਇਸ ਬਿਮਾਰੀ ਦਾ ਇਲਾਜ ਵੀ ਕਰਵਾ ਰਿਹਾ ਹਾਂ ਤੇ ਇਹਦੇ ਨਾਲ ਨਾਲ ਉਹ ਕਹਿੰਦੇ ਸੀ ਮੈਂ ਇੱਥੇ ਪੀ ਐਚ ਡੀ ਦਾ ਆਪਣੀ ਦਾ ਥੀਸਿਸ ਵੀ ਪੂਰਾ ਕਰ ਰਿਹਾ ਹਾਂ ਤੁਹਾਨੂੰ ਮੈਂ ਇੱਕ ਗੱਲ ਯਾਦ ਕਰਵਾ ਦਿਆਂ ਕਿ ਜਦੋਂ ਪੰਜਾਬ ਦੇ ਵਿੱਚ ਚੋਣਾ ਸੀ ਉਹ ਆਪਣੇ ਆਪ ਨੂੰ ਗਰੀਬ ਦਾ ਪੁੱਤ ਦੱਸਿਆ ਕਰਦੇ ਸੀ ਮੈਂ ਗਰੀਬ ਆ ਪਰ ਗਰੀਬ ਬੰਦਾ ਅਮਰੀਕਾ 'ਚ ਇਲਾਜ ਨਹੀਂ ਵੀ ਕਰਵਾ ਸਕਦਾ ਇਹ ਗੱਲ ਮੰਨ ਕੇ ਚੱਲੋ ਤੁਹਾਡਾ ਕੋਈ ਦੋਸਤ ਤੁਹਾਡਾ ਕੋਈ ਮਿੱਤਰ ਰਹਿੰਦਾ ਉਹਨੂੰ ਪੁੱਛ ਕੇ ਦੇਖਿਓ ਕਿ ਜੇਕਰ ਉਹਦੇ ਕੋਲੇ ਅਮਰੀਕਾ ਦੇ ਵਿੱਚ ਇਨਸ਼ੋਰੈਂਸ ਨਾ ਹੋਵੇ ਹਾਲਾਂਕਿ ਉਹ ਅਮਰੀਕਨ ਡਾਲਰ ਕਮਾਉਂਦਾ ਹੁੰਦਾ ਹੈ ਇਲਾਜ ਨਹੀਂ ਕਰਵਾ ਸਕਦਾ ਹਾਏ ਤੋਬਾ ਹੋ ਜਾਂਦੀ ਹੈ ਹੁਣੇ ਗਰੀਬ ਬੰਦਾ ਅਮੀਰ ਮੁਲਕ ਦੇ ਵਿੱਚ ਬੈਠ ਕੇ ਆਪਣਾ ਇਲਾਜ ਕਰਵਾ ਰਿਹਾ ਹੈ ਮੋੜਨ ਦਾ ਨਾਮ ਕੋਈ ਨਹੀਂ ਲੈ ਰਿਹਾ ਤੇ ਨਾਲ ਕਹਿੰਦਾ ਮੈਂ ਪੀ ਐਚ ਡੀ ਵੀ ਪੂਰੀ ਕਰ ਰਿਹਾ ਤੇ ਹੁਣ ਅਗਲਾ ਸਵਾਲ ਪੀ ਐਚ ਡੀ ਨਾਲ ਵੀ ਸੰਬੰਧਤ ਹੈ ਕਿ ਜਿਹੜੇ ਲੋਕ ਪੀ ਐਚ ਡੀ ਕਰਦੇ ਆ ਕਿ ਸਾਰਿਆਂ ਨੂੰ ਵਿਦੇਸ਼ ਦੀ ਧਰਤੀ ਤੇ ਬੈਠ ਕੇ ਸਮਾਂ ਮਿਲਦਾ ਹੈ ਕੀ ਪੰਜਾਬ ਦੇ ਵਿੱਚ ਰਹਿ ਕੇ ਪੀ ਐਚ ਡੀ ਦਾ ਥੀਸਿਸ ਪੂਰਾ ਨਹੀਂ ਕੀਤਾ ਜਾ ਸਕਦਾ ਇਸ ਤਰ੍ਹਾਂ ਅਗਲਾ ਆਗੂ ਵੀ ਜਿਹੜਾ ਉਹ ਵੀ ਇੱਕ ਕਾਂਗਰਸ ਦਾ ਆਗੂ ਹੀ ਹੈ ਰਾਜਪੁਰਾ ਤੋਂ ਸਾਬਕਾ ਕਾਂਗਰਸ ਦੇ ਵਿਧਾਇਕ ਹਰਦੀਾਲ ਕੰਬੋਜ ਅਤੇ ਉਹਨਾਂ ਦਾ ਪੁੱਤ ਨਰਪੈ ਸਿੰਘ ਮਿਲਟੀ ਖਬਰ ਮਿਲ ਰਹੀ ਹੈ ਕਿ ਉਹ ਵੀ ਵਿਦੇਸ਼ ਉਡਾਰੀ ਮਾਰ ਚੁੱਕੇ ਨੇ ਹਰਦੀਾਲ ਕੰਬੋਜ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਤਲਬ ਕੀਤਾ ਗਿਆ ਸੀ ਇਹਦੇ ਨਾਲ ਹੀ ਤੁਹਾਨੂੰ ਯਾਦ ਹੋਣਾ ਹੈ ਆਪਣੇ ਪ੍ਰੋਗਰਾਮ ਪੰਜਾਬ ਬੋਲਦਾ ਦੇ ਵਿੱਚ ਆਪਾਂ ਇੱਕ ਵੀਡੀਓ ਸਾਂਝੀ ਕੀਤੀ ਸੀ ਤੇ ਇੱਕ ਖੁਦਕੁਸ਼ੀ ਨੋਟ ਵੀ ਸਾਂਝਾ ਕੀਤਾ ਸੀ ਕਿ ਰਾਜਪੁਰਾ ਦੇ ਵਿੱਚ ਹੀ ਉਸ ਖੁਦਕੁਸ਼ੀ ਨੂੰ ਆਧਾਰ ਬਣਾ ਕੇ ਪੁਲਿਸ ਨੇ 306 ਦੇ ਤਹਿਤ ਇੱਕ ਮੁਕਾਦਮਾ ਦਰਜ ਕੀਤਾ ਸੀ ਕਿਉਂਕਿ ਪੱਤਰਕਾਰ ਨਵੇਸ਼ ਸ਼ਰਮਾ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਨੋਟ ਲਿਖਿਆ ਸੀ ਤੇ ਇੱਕ ਵੀਡੀਓ ਬਣਾਈ ਸੀ ਜਿਸ ਦੇ ਵਿੱਚ ਉਹਨਾਂ ਨੇ ਦੋਸ਼ ਲਾਇਆ ਸੀ ਕਿ ਕੰਬੋਸ ਦਾ ਪੁੱਤਰ ਮੇਰੇ ਤੋਂ ਪੈਸੇ ਮਹੀਨੇ ਦੇ ਵੀ ਮੰਗਦਾ ਸੀ ਮੇਰਾ ਢਾਬਾ ਬੰਦ ਹੋ ਗਿਆ ਮੈਨੂੰ ਬੇਰੁਜ਼ਗਾਰ ਕਰ ਦਿੱਤਾ ਹਰਦੀਾਲ ਕੰਬੂਜ ਨੇ ਤੇ ਕੁੱਲ ਹੋਰ ਕੁੱਲ ਮਲਾ ਕੇ 6 ਬੰਦੇ ਸੀ ਕੁਝ ਫ੍ਰੀडम फाइਟਰ ਤੇ ਕੁਝ ਉਹਦੇ ਚ ਕਹਿੰਦਾ ਸੀ ਵਕੀਲ ਨੇ ਆਪੇ ਬਣੇ ਹੋਏ ਇਹਨਾਂ ਵਿਅਕਤੀਆਂ ਨੇ ਮੇਰੇ 'ਚ ਨੱਕ ਚ ਦਮ ਕਰ ਦਿੱਤਾ ਤੇ ਮੇਰੇ ਖਿਲਾਫ ਮੁਕੱਦਮਾ ਦਰਜ ਕਰਵਾ ਦਿੱਤਾ ਤੇ ਇਹਨਾਂ ਤੋਂ ਦੁਖੀ ਹੋ ਕੇ ਮੈਂ ਖੁਦਕੁਸ਼ੀ ਕਰ ਰਿਹਾ ਉਹਨੇ ਇਹ ਵੀ ਆਖਿਆ ਸੀ ਕਿ 19 ਡੇਅਰ ਤੱਕ ਮੇਰਾ ਪੋਸਟਮਾਰਟਮ ਤੇ ਸੰਸਕਾਰ ਨਾ ਕੀਤਾ ਜਾਵੇ ਜਿੰਨੀ ਦੇਰ ਤੱਕ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਪਰ ਹਾਲੇ ਤੱਕ ਪੁਲਿਸ ਕਹਿੰਦੀ ਛਾਪੇ ਤਾਂ ਮਾਰ ਰਹੇ ਹਾਂ ਹਰਦੀਾਲ ਕੰਬੂਜ ਚੌਂਦਾ ਪੁੱਤਰ ਆ ਹਾਲੇ ਤੱਕ ਪੁਲਿਸ ਦੇ ਹੱਥ ਲੱਗ ਨਹੀਂ ਸਕੇ ਪਰ ਹੁਣ ਜਿਹੜੀ ਜਾਣਕਾਰੀ ਮਿਲ ਰਹੀ ਆ ਉਹਦੇ ਅਨੁਸਾਰ ਹਰਦੀਾਲ ਕੰਬੂਜ਼ ਆਪਣੇ ਪੁੱਤਰ ਦੇ ਸਮੇਤ ਵਿਦੇਸ਼ ਉਡਾਰੀ ਮਾਰ ਚੁੱਕਿਆ ਹੈ ਇਸ ਤਰ੍ਹਾਂ ਅਗਲਾ ਆਗੂ ਵੀ ਉਹ ਵੀ ਕਾਂਗਰਸੀ ਆਗੂ ਹੈ ਸਾਬਕਾ ਕਾਂਗਰਸੀ ਵਿਧਾਇਕ ਨੇ ਮਦਰ ਲਾਲ ਜਲਾਲਪੁਰ ਖਬਰ ਉਹਦੀ ਵੀ ਇਹੀ ਮਿਲ ਰਹੀ ਆ ਕਿ ਉਹ ਵੀ ਆਪਣੇ ਪੁੱਤਰ ਦੇ ਸਮੇਤ ਵਿਦੇਸ਼ ਉਡਾਰੀ ਮਾਰ ਚੁੱਕਿਆ ਹੈ ਤੇ ਵਿਜੀਲੈਂਸ ਦੇ ਵੱਲੋਂ ਉਸਤੇ ਖਿਲਾਫ ਹਾਲੇ ਵੇਰਵੇ ਇਕੱਤਰ ਕੀਤੇ ਜਾ ਰਹੇ ਨੇ ਮੁਕੱਦਮਾ ਕੋਈ ਨਹੀਂ ਦਰਜ ਕੀਤਾ ਗਿਆ ਤਾਵੀ ਉਹ ਵੀ ਵਿਦੇਸ਼ ਚਾ ਕੇ ਬੈਠ ਗਿਆ ਜਦੋਂ ਕਿ ਜਲਾਲਪੁਰ ਸਾਹਿਬ ਦਾ ਕਹਿਣਾ ਇਹ ਵੀ ਹੈ ਕਿ ਜੇਕਰ ਵਿਜੀਲੈਂਸ ਨੇ ਉਹਨਾਂ ਨੂੰ ਸੱਧਿਆ ਉਹ ਪੈਰ ਜੁੱਤੀ ਨਹੀਂ ਪਾਊਗਾ ਤੇ ਪੰਜਾਬ ਵਾਪਸ ਚਲਾ ਜਾਊਗਾ ਇਸੇ ਤਰ੍ਹਾਂ ਜਾਣਕਾਰੀ ਮਿਲ ਰਹੀ ਹੈ ਸਾਫਕਾ ਵਿਧਾਇਕ ਇਹ ਵੀ ਕਾਂਗਰਸ ਨਾਲ ਸੰਬੰਧਿਤ ਨੇ ਕੁਲਬੀਰ ਜ਼ੀਰਾ ਕਿ ਉਹ ਵੀ ਵਿਦੇਸ਼ ਦੇ ਵਿੱਚ ਬੈਠਿਆ ਹਾਲਾਂਕਿ ਮੈਂ ਗੱਲ ਸਾਫ਼ ਕਰ ਦਿਆਂ ਕਿ ਕੁਲਬੀਰ ਜ਼ੀਰਾ ਦੇ ਖਿਲਾਫ ਕੋਈ ਜਾਂਚ ਨਹੀਂ ਚੱਲ ਰਹੀ ਕੋਈ ਮੁਕੱਦਮਾ ਨਹੀਂ ਪਰ ਉਹ ਵਿਦੇਸ਼ 'ਚ ਬੈਠਿਆ ਹੈ ਇਸੇ ਤਰ੍ਹਾਂ ਸਿੰਚਾਈ ਘਟਾਲੇ ਦੀ ਜਾਂਚ ਮੁੜ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਅਸਲ ਦੇ ਵਿੱਚ ਇਹ ਜਾਂਚ ਇਹ ਦੋਸ਼ ਕੈਪਟਨ ਸਰਕਾਰ ਦੇ ਵੇਲੇ ਲੱਗੇ ਸੀ ਪਰ ਉਹਨਾਂ ਨੇ ਜਾਂਚ ਠੰਡੇ ਬਸਤੇ ਚ ਪਾ ਦਿੱਤੀ ਸੀ। ਬੀਤੇ ਦਿਨੀ ਇਸੇ ਘਟਾਲੇ ਨਾਲ ਸੰਬੰਧਿਤ ਸਾਬਕਾ ਅਧਿਕਾਰੀ ਕਾਨ ਸਿੰਘ ਪੰਨੂ ਅਤੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਜਿਹੜੇ ਅਕਾਲੀ ਮੰਤਰੀ ਸਨ ਉਹਨਾਂ ਤੋਂ ਇਸ ਮਾਮਲੇ ਦੇ ਵਿੱਚ ਆਲਰੇਡੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਇਸੇ ਮਾਮਲੇ ਦੇ ਵਿੱਚ ਸਾਬਕਾ ਅਕਾਲੀ ਮੰਤਰੀ ਜਨਵੇਜਾ ਸਿੰਘ ਸੇਖੋਂ ਦਾ ਨਾਮ ਵੀ ਗੂੰਜਦਾ ਹੈ ਜਨਵੇਜਾ ਸਿੰਘ ਸੇਖੋਂ ਵੀ ਦੱਸਿਆ ਜਾ ਰਿਹਾ ਕਿ ਬਾਹਰਲੇ ਮੁਲਕ ਵਿੱਚ ਨੇ ਇਸੇ ਤਰ੍ਹਾਂ ਇਸੇ ਸंचाई ਘਟਾਲੇ ਦੇ ਵਿੱਚ ਜਿਨ੍ਹਾਂ ਦਾ ਨਾਮ ਚੱਲ ਰਿਹਾ ਹੈ ਉਹਨੇ ਸਾਬਕਾ ਅਧਿਕਾਰੀ ਸਰਵੇਸ਼ ਕੌਸ਼ਲ ਅਤੇ ਕੇਬੀਐਸ ਸਿੱਧੂ ਇਹਨਾਂ ਨੂੰ ਵੀ ਇਸੇ ਘਟਾਲੇ 'ਚ ਤਲਬ ਕੀਤਾ ਹੋਇਆ ਤੇ ਇਹ ਵੀ ਦੋਵੇਂ ਵਿਦੇਸ਼ ਦੀ ਧਰਤੀ 'ਤੇ ਦੱਸੇ ਜਾ ਰਹੇ ਨੇ ਇਸੇ ਤਰ੍ਹਾਂ ਸਾਬਕਾ ਕਾਂਗਰਸੀ ਮੰਤਰੀ ਨੇ ਭਾਰਤ ਪੂਸ਼ਣ ਆਸ਼ੂ ਜਿਹੜੇ ਟੈਂਡਰ ਘੁਟਾਲੇ ਦੇ ਵਿੱਚ ਇਸ ਵਕਤ ਜੇਲ੍ਹ ਦੀ ਹਵਾ ਖਾ ਰਹੇ ਨੇ ਤੇ ਇਸੇ ਹੀ ਘੁਟਾਲੇ ਦੇ ਨਾਲ ਸਬੰਧਤ ਨੇ ਖੁਰਾਕ ਤੇ ਸਪਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਰਾਕੇਸ਼ ਸਿੰਘਲਾ ਖਬਰ ਸਿੰਘਲਾ ਸਾਹਿਬ ਦੇ ਪ੍ਰਤੀ ਵੀ ਇਹ ਹੋਈ ਹੈ ਕਿ ਉਹ ਵੀ ਵਿਦੇਸ਼ ਦੇ ਵਿੱਚ ਬੈਠਾ ਹੈ ਤੇ ਇਸੇ ਤਰ੍ਹਾਂ ਕਈ ਹੋਰ ਅਧਿਕਾਰੀਆਂ ਦੇ ਬਾਬਤ ਵੀ ਖਬਰਾਂ ਬੜ ਰਹੀਆਂ ਨੇ ਕਿ ਕੁਝ ਸਰਕਾਰੀ ਅਧਿਕਾਰੀ ਵਿਦੇਸ਼ ਉਡਾਰੀਆਂ ਮਾਰ ਚੁੱਕੇ ਨੇ ਵਿਜੀਲੈਂਸ ਵਿਭਾਗ ਨੇ ਉਹਨਾਂ ਦੇ ਵਿਭਾਗਾਂ ਤੋਂ ਨਿਗਮਾ ਤੋਂ ਉਹਨਾਂ ਦੇ ਸਬੰਧਤ ਵੇਰਵਿਆਂ ਦੀ ਮੰਗ ਕਰ ਲਈ ਹੈ ਤਾਂ ਕਿ ਪਤਾ ਲੱਗ ਸਕੇ ਕਿ ਸੱਚਮੁੱਚ ਉਹ ਪੰਜਾਬ 'ਚ ਨੇ ਜਾਂ ਉਡਾਰੀਆਂ ਮਾਰ ਚੁੱਕੇ ਨੇ ਤੇ ਅਗਲੀ ਗੱਲ ਕਰਦੇ ਆਂ ਪੰਜਾਬ ਦੇ ਮੰਤਰੀਆਂ ਦੀ ਪੰਜਾਬ ਦਾ ਖਜ਼ਾਨਾ ਕੋਈ ਬੋਲਦਾ ਤੁਹਾਨੂੰ ਪਤਾ ਹੈ ਨੱਕੋ ਨੱਕ ਤੂੜੀਆਂ ਨਹੀਂ ਪਿਆ ਖਜ਼ਾਨਾ ਖਾਲੀ ਬੀਤੇ ਕਈ ਵਾਰਾਂ ਤੋਂ ਜਿਹੜਾ ਵੀ ਮੰਤਰੀ ਬਣਦਾ ਉਹ ਇਹੋ ਹੀ ਕਹਿੰਦਾ ਹੈ ਤੇ ਆ ਵੀ ਸਤਾਂ ਅੱਠ ਮਹੀਨਿਆਂ 'ਚ ਖਜ਼ਾਨਾ ਕੋਈ ਭਰ ਨਹੀਂ ਗਿਆ ਇਸੇ ਕਰਕੇ ਪੰਜਾਬ ਦੇ ਜਿੰਨੇ ਵੀ ਕੈਬਨਿਟ ਮੰਤਰੀ ਨੇ ਜਾ ਵਧਾਇਕ ਨੇ ਪੰਜਾਬ ਸਰਕਾਰ ਨੇ ਆਖ ਦਿੱਤਾ ਕਿ ਤੁਹਾਡੇ ਹੋਟਲਾਂ ਵਿੱਚ ਰਹਿਣ ਦਾ ਖਰਚ ਪੰਜਾਬ ਸਰਕਾਰ ਜਾਂ ਪੰਜਾਬ ਦਾ ਖਜ਼ਾਨਾ ਨਹੀਂ ਚੁੱਕ ਸਕਦਾ ਦੱਸਣਾ ਬਣਦਾ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਐਲਾਨ ਕਰ ਦਿੱਤਾ ਸੀ ਉਹਨਾਂ ਨੇ ਆਖ ਦਿੱਤਾ ਸੀ ਕਿ ਜਦ ਵੀ ਕੋਈ ਮੰਤਰੀ ਆਪਣੇ ਦੌਰੇ ਤੇ ਜਾਵੇ ਉਹ ਆਪਣੇ ਦੌਰੇ ਦੇ ਦੌਰਾਨ ਸਰਕਟ ਹਾਊਸ ਜਾਂ ਗੈਸਟ ਹਾਊਸ ਵਿੱਚ ਠਹਿਰਿਆ ਕਰੇ ਹੁਣ ਉਸ ਐਲਾਨ ਤੋਂ ਬਾਅਦ ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਝੂਆ ਨੇ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਾਰੇ ਪ੍ਰਬੰਧਕੀ ਸਕੱਤਰਾਂ ਤੇ ਪ੍ਰਾਉਣਾਚਾਰੀ ਵਿਭਾਗ ਨੂੰ ਇਸ ਦੇ ਮੁਤਲਕ ਪੱਤਰ ਜਾਰੀ ਕਰ ਦਿੱਤਾ ਹੈ ਤੇ ਇਸ ਪੱਤਰ ਦੇ ਵਿੱਚ ਲਿਖਿਆ ਗਿਆ ਤੇ ਇਹਦੇ ਤਹਿਤ ਹੁਣ ਹਰ ਵਿਧਾਇਕ ਨੂੰ ਹਰ ਮੰਤਰੀ ਨੂੰ ਪੰਜਾਬ ਦੇ ਵਿੱਚ ਜੇਕਰ ਉਹਨਾਂ ਨੇ ਕਿਤੇ ਕੋਈ ਦੌਰਾ ਕਰਨਾ ਹੈ ਦੌਰਿਆਂ ਦੇ ਦੌਰਾਨ ਇਹ ਜ਼ਰੂਰੀ ਕਰ ਦਿੱਤਾ ਗਿਆ ਹੈ ਕਿ ਉਹ ਸਰਕਾਰੀ ਅਰਧ ਸਰਕਾਰੀ ਸਰਕਟ ਹਾਊਸ ਜਾਂ ਫਿਰ ਗੈਸਟ ਹਾਊਸ ਵਿੱਚ ਜਾ ਕੇ ਠਹਿਰਿਆ ਕਰਨਾ ਇਹਨਾਂ ਦੌਰਿਆਂ ਦੇ ਦੌਰਾਨ ਉਹ ਸਰਕਾਰੀ ਸਰਕਟ ਹਾਊਸ ਗੈਸਟ ਹਾਊਸ ਉਪਲਬਧ ਨਾ ਹੋਣ ਦੀ ਸੂਰਤ ਦੇ ਵਿੱਚ ਆ ਗੱਲ ਨੋਟ ਕਰਨ ਵਾਲੀ ਹੈ ਕਿ ਉਪਲਬਧ ਨਾ ਹੋਣ ਦੀ ਸੂਰਤ ਦੇ ਵਿੱਚ ਭਾਵੇਂ ਕੋਈ ਵਿਧਾਇਕ ਹੋਇਆ ਜਾਂ ਮੰਤਰੀ ਹੋਇਆ ਉਹਨੂੰ ਆਪਣੇ ਪੱਧਰ ਤੇ ਪ੍ਰਬੰਧ ਕਰਨਾ ਪੈਗਾ ਭਾਵੇਂ ਕੋਈ ਵਿਧਾਇਕ ਹੋਇਆ ਭਾਵੇਂ ਕੋਈ ਮੰਤਰੀ ਹੋਇਆ ਉਹਨੂੰ ਆਪਣੇ ਪੱਲਿਓ ਖਰਚ ਕਰਨਾ ਪੈਗਾ ਜੇਕਰ ਕਿਸੇ ਹੋਟਲ ਵਿੱਚੋਂ ਠਹਿਰਨਾ ਚਾਹੇਗਾ ਸਰਕਾਰੀ ਖਜ਼ਾਨੇ ਦੇ ਵਿੱਚੋਂ ਹੋਟਲ ਦਾ ਖਰਚ ਸਰਕਾਰ ਦੇ ਵੱਲੋਂ ਨਹੀਂ ਉਠਾਇਆ ਜਾਏਗਾ ਇਸ ਸਬਾਬਤ ਉੱਚੇਰੀ ਸਿੱਖਿਆ ਬਾਰੇ ਮੰਤਰੀ ਮੀਤ ਹੇਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਪਹਿਲ ਜਿੱਥੇ ਖਜ਼ਾਨੇ ਲਈ ਸਹਾਈ ਹੋਵੇਗੀ ਉੱਥੇ ਜਿਹੜੇ ਸਰਕਟ ਹਾਊਸ ਨੇ ਉਹਨਾਂ ਦੀ ਪੁਰਾਣੀ ਸ਼ਾਨੋ ਸ਼ੌਕਤ ਵੀ ਬਹਾਲ ਹੋਵੇਗੀ ਤੇ ਅਗਲੀ ਗੱਲ ਕਰਦੇ ਆ ਇੱਕ ਕਾਫੀ ਦਿਲਚਸਪ ਤੇ ਅਹਿਮ ਖਬਰ ਹੈ ਇੱਕ ਲਾੜਾ ਦੋ ਲਾੜੀਆਂ ਇੱਕੋ ਹੀ ਮੰਡਪ ਹੈ ਵਿਆਹ ਹੋ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਕਾਫੀ ਵਾਇਰਲ ਹੋਈ ਹੈ ਤੇ ਕੁਝ ਵੀਡੀਓਜ਼ ਅਜਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਲੋਕ 당ਗ ਹੁੰਦੇ ਨੇ ਹੈਰਾਨ ਹੁੰਦੇ ਨੇ ਜਿਸ ਤਰ੍ਹਾਂ ਉਹ ਸੇਬਾਂ ਵਾਲੇ ਟਰੱਕ ਵਾਲੀ ਸੀ ਲੋਕ ਹੈਰਾਨ ਹੁੰਦੇ ਸੀ ਕਿ ਪੰਜਾਬ ਦੇ ਵਿੱਚ ਆਹ ਕੁਝ ਹੋ ਰਿਹਾ ਹੈ ਕਿ ਕਦੇ ਐਪਲ ਕਦੀ ਸੇਬ ਕਿਸੇ ਨੇ ਖਾਦੇ ਨਹੀਂ ਜਾਂ ਇੱਕ ਦਿਨ ਚੁੱਕ ਕੇ ਕਿੰਨੇ ਕ ਦਿਨ ਦੇ ਵਾਸਤੇ ਤੁਸੀਂ ਉਹਨਾਂ ਨੂੰ ਰੱਖ ਸਕੋਗੇ ਆਹ ਵੀਡੀਓ ਨੂੰ ਦੇਖ-ਦੇਖ ਕੇ ਵੀ ਲੋਕ ਹੈਰਾਨ ਹੋ ਰਹੇ ਨੇ ਕਿ ਦੋ ਲੜਕੀਆਂ ਇੱਕੋ ਹੀ ਲਾੜੇ ਨਾਲ ਇੱਕੋ ਹੀ ਮੰਡਪ ਦੇ ਵਿੱਚ ਵਿਆਹ ਕਰ ਰਹੀਆਂ ਨੇ ਵਾਇਰਲ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਜਿਹੜੀਆਂ ਉਹ ਦੋਵੇਂ ਲੜਕੀਆਂ ਨੇ ਉਹ ਦੋਵੇਂ ਸੱਕੀਆਂ ਭੈਣਾਂ ਨੇ ਇੱਕ ਦਾ ਨਾਮ ਪਿੰਕੀ ਹੈ ਤੇ ਦੂਸਰੀ ਦਾ ਨਾਮ ਰਿੰਕੀ ਹੈ ਇਹ ਜੁੜਵਾ ਭੈਣਾਂ ਦਾ ਵਿਆਹ ਇੱਕੋ ਹੀ ਵਕਤ ਹੋ ਰਿਹਾ ਹੈ ਇਹ ਵਿਆਹ ਦੱਸਿਆ ਜਾ ਰਿਹਾ ਹੈ ਕਿ ਮਹਾਰਾਸ਼ਟਰ ਦੇ ਪੰਡਰਪੁਰ ਦੇ ਵਿੱਚ ਹੋਇਆ ਹੈ ਜਾਣਕਾਰੀ ਦੇ ਅਨੁਸਾਰ ਇਸ ਵੀਡੀਓ ਦੇ ਵਿੱਚ ਨਾਸਰ ਆਉਣ ਵਾਲੀਆਂ ਦੋਵੇਂ ਭੈਣਾਂ ਜੁੜਵਾ ਭੈਣਾਂ ਨੇ ਸੱਕੀਆਂ ਭੈਣਾਂ ਨੇ ਪੇਸ਼ੇ ਤੋਂ ਇੰਜੀਨੀਅਰ ਨੇ ਆਈਟੀ ਦੇ ਪੇਸ਼ੇ ਨਾਲ ਜੁੜੀਆਂ ਹੋਈਆਂ ਨੇ ਤੇ ਜਿਸ ਲੜਕੇ ਨਾਲ ਉਹਨਾਂ ਦੇ ਵਿਆਹ ਹੋ ਰਿਹਾ ਹੈ ਉਹ ਇੱਕ ਕਾਰੋਬਾਰੀ ਦੱਸਿਆ ਜਾ ਰਿਹਾ ਹੈ। ਉਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਿਆਹ ਦੇ ਵਕਤ ਇਹਨਾਂ ਤਿੰਨਾਂ ਦੀ ਪਰਿਵਾਰਕ ਜੀ ਬੜੇ ਖੁਸ਼ ਨੇ ਤੇ ਮौज-ਮਸਤੀ ਕਰ ਰਹੇ ਨੇ। ਤੇ ਕਿਸੇ ਦੇ ਚਿਹਰੇ ਦੇ ਉੱਤੇ ਕੋਈ ਹੈਰਾਨੀ ਉਹਨਾਂ ਵਿੱਚੋਂ ਨਹੀਂ ਨਜ਼ਰ ਆਉਂਦੀ ਪਰ ਜਿਹੜੇ ਲੋਕ ਦੇਖ ਰਹੇ ਨੇ ਉਹ ਹੈਰਾਨ ਜ਼ਰੂਰ ਹੋ ਰਹੇ ਨੇ ਵਿਆਹ ਧੂਮ-ਧਾਮ ਨਾਲ ਕੀਤਾ ਗਿਆ ਹੈ। ਦੋਵੇਂ ਪਾਸਾਂ ਦੇ ਰਿਸ਼ਤੇਦਾਰ ਮਿੱਤਰ ਪਰਿਵਾਰਕ ਜੀ ਵਿਆਹ ਦਾ ਆਨੰਦ ਮਾਣ ਰਹੇ ਨੇ ਖੁਸ਼ ਨੇ ਦੱਸਿਆ ਜਾ ਰਿਹਾ ਕਿ ਲਾੜੇ ਦੀ ਟਰੈਵਲ ਏਜੰਸੀ ਹੈ ਅਤੇ ਉਹ ਪਿੰਕੀ ਤੇ ਰਿੰਕੂ ਨੂੰ ਕੁਝ ਪਹਿਲਾਂ ਸਮੇਂ ਤੋਂ ਜਾਣਦਾ ਸੀ ਇਸੇ ਵਾਸਤੇ ਤਿੰਨਾਂ ਨੇ ਆਪਸ ਦੇ ਵਿੱਚ ਵਿਆਹ ਕਰਾਉਣ ਦਾ ਫੈਸਲਾ ਕੀਤਾ ਇਹ ਵੀ ਦੱਸਿਆ ਜਾ ਰਿਹਾ ਹੈ ਤੇ ਪਿੰਕੀ ਤੇ ਰਿੰਕੀ ਜਨਮ ਤੋਂ ਬਾਅਦ ਹੀ ਜਦੋਂ ਤੋਂ ਸੁਰਤ ਸੰਭਾਲੀ ਹੈ ਸਖੀਆਂ ਪੈਣਾ ਤਾਂ ਹੈਗੀਆਂ ਕਦੀ ਇੱਕ ਪਲ ਵਾਸਤੇ ਵੀ ਇੱਕ ਦੂਸਰੇ ਤੋਂ ਦੂਰ ਨਹੀਂ ਰਹਿੰਦੀਆਂ ਅਤੇ ਸਹੇਲੀਆਂ ਵਾਗ ਰਹਿੰਦੀਆਂ ਨੇ ਇਸੇ ਕਰਕੇ ਉਹਨਾਂ ਨੇ ਇਹ ਫੈਸਲਾ ਇਕੱਠਿਆਂ ਨੇ ਕੀਤਾ ਪਰ ਪੁਲਿਸ ਨੇ ਇਸ ਲੜਕੇ ਦੇ ਖਿਲਾਫ ਦੂਲੇ ਦੇ ਖਿਲਾਫ ਮੁਕੱਦਮਾ ਵੀ ਦਰਜ ਕਰ ਲਿਆ ਪਿੰਕੀ ਤੇ ਰਿੰਕੀ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋਈ ਮੌਤ ਤੋਂ ਬਾਅਦ ਦੋਵੇਂ ਭੈਣਾਂ ਆਪਣੀ ਮਾਂ ਦੇ ਨਾਲ ਮਾਲ ਸਿਰਸਪਾਲਕਾ ਵਿੱਚ ਆ ਕੇ ਰਹਿਣ ਲੱਗ ਪਈਆਂ ਤੇ ਇਹ ਵੀ ਪਤਾ ਲੱਗਿਆ ਕਿ ਇਹਨਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਇਹਨਾਂ ਦੀ ਮਾਂ ਵੀ ਬਿਮਾਰ ਰਹਿਣ ਲੱਗ ਪਈ ਕਿ ਕੁਝ ਕੁ ਤਣ ਪਹਿਲਾਂ ਪਿੰਕੀ ਤੇ ਰਿੰਕੀ ਦੀ ਮਾਂ ਅਚਨਚੇਤ ਜ਼ਿਆਦਾ ਬਿਮਾਰ ਹੁੰਦੀ ਐ ਸਿਹਤ ਵਿਗੜ ਜਾਂਦੀ ਐ ਫਿਰ ਇਹਨਾਂ ਦੋਵਾਂ ਭੈਣਾਂ ਦੀ ਆਤਲ ਨੇ ਉਹਨਾਂ ਦੀ ਮਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਉਣ ਇਲਾਜ ਦੇ ਦੌਰਾਨ ਕਾਫੀ ਮਦਦ ਕੀਤੀ ਆਉਣ ਜਾਣ ਚ ਮਦਦ ਕਰਦਾ ਸੀ ਤੇ ਉਹਨਾਂ ਦੀ ਕਾਫੀ ਟੇ ਕੇਅਰ ਕਰਦਾ ਰਿਹਾ ਤੇ ਫਿਰ ਹੌਲੀ ਹੌਲੀ ਆਤਲ ਪਿੰਕੀ ਤੇ ਰਿੰਕੀ ਦੋਵਾਂ ਦੇ ਕਰੀਬ ਆ ਗਿਆ ਕਿਉਂਕਿ ਦੋਵੇਂ ਪਲ ਭਰ ਵੀ ਦੂਰ ਨਹੀਂ ਸੀ ਹੁੰਦੀਆਂ ਇਕੱਠੀਆਂ ਰਹਿੰਦੀਆਂ ਨੇ ਸਹੇਲੀਆਂ ਨੇ ਇੱਕ ਦੂਸਰ ਨਾਲ ਆਪਣੇ ਦਿਲ ਦੀ ਗੱਲ ਵੀ ਸਾਂਝੀ ਕਰਤੀਆਂ ਨੇ ਫਿਰ ਇਹਨਾਂ ਤਿੰਨਾਂ ਨੇ ਆਪਣਾ ਜੀਵਨ ਇਕੱਠਿਆਂ ਬਤਾਉਣ ਦੀ ਗੱਲ ਕੀਤੀ ਅਤੇ ਫਿਰ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਪਰਿਵਾਰਾਂ ਦੀ ਸਹਿਮਤੀ ਤੋਂ ਬਾਅਦ ਇਹ ਵਿਆਹ ਤਾਂ ਹੋ ਗਿਆ ਪਰ ਪੁਲਿਸ ਹਰਕਤ ਵਿੱਚ ਆ ਗਈ ਹੈ ਲੜਕੇ ਦੇ ਖਿਲਾਫ ਧਾਰਾ 494 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਸੋ ਦੋਸਤੋ ਇਸ ਹੀ ਕੁਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦੇਲੋਂ ਧੰਨਵਾਦੀ ਹੋਵਾਂਗੇ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ